ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਆਪਾਂ ਨਾਂਦੇੜ ਦੇ ਵਿੱਚ ਹਾਂ, ਜੋ ਕਿ ਮਹਾਰਾਸ਼ਟਰਾ ਸਟੇਟ ਦੇ ਵਿੱਚ ਸਥਿਤ ਸ਼ਹਿਰ ਹੈ। ਇਸ ਟਾਈਮ ਆਪਾਂ ਖੜ੍ਹੇ ਹਾਂ ਗੋਦਾਵਰੀ ਰਿਵਰ 'ਤੇ। ਮੇਰੇ ਬੈਕ ਸਾਈਡ 'ਤੇ ਗੋਦਾਵਰੀ ਰਿਵਰ ਹੈ, ਜੋ ਕਿ ਨਾਸਿਕ ਦੀ ਪਹਾੜੀਆਂ ਤੋਂ ਹੁੰਦੀ ਹੋਈ ਸਭ ਤੋਂ ਪਹਿਲਾਂ ਮਹਾਰਾਸ਼ਟਰਾ, ਦੈਨ ਮਹਾਰਾਸ਼ਟਰ ਤੋਂ ਹੁੰਦੀ ਹੋਈ ਅੱਗੇ ਆਪਣੇ ਤੇਲੰਗਾਨਾ, ਦੈਨ ਆਂਧਰਾ ਪ੍ਰਦੇਸ਼, ਦੈਨ ਉੜੀਸਾ, ਦੈਨ ਉਸ ਤੋਂ ਬਾਅਦ ਬੇ ਆਫ ਬੰਗਾਲ ਦੇ ਵਿੱਚ ਮਰਜ ਹੋ ਜਾਂਦੀ ਹੈ, ਜਿਸ ਦੀ ਲੰਬਾਈ 1400 ਤੋਂ 1500 ਕਿਲੋਮੀਟਰ ਹੈ। ਇਸ ਟਾਈਮ ਜਿੱਥੇ ਆਪਾਂ ਖੜ੍ਹੇ ਹਾਂ, ਇਸ ਜਗ੍ਹਾ ਦਾ ਨਾਮ ਹੈ ਨਾਂਦੇੜ ਸ਼ਹਿਰ, ਔਰ ਇਸੇ ਜਗ੍ਹਾ 'ਤੇ ਸਥਿਤ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਸਾਹਿਬ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ। ਇਸ ਜਗ੍ਹਾ 'ਤੇ ਗੁਰੂ ਗੋਬਿੰਦ ਸਿੰਘ ਜੀ 1708 ਨੂੰ ਜੋਤੀ ਜੋਤ ਸਮਾਏ ਸਨ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਆਪਣੇ ਸਿੱਖਇਜ਼ਮ ਦੇ ਵਿੱਚ 5 ਤਖ਼ਤ ਨੇ। ਪਹਿਲਾ ਤਖ਼ਤ ਅਕਾਲ ਤਖ਼ਤ ਆਪਣੇ ਅੰਮ੍ਰਿਤਸਰ, ਦੂਸਰਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਤੀਸਰਾ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ, ਔਰ 2 ਤਖ਼ਤ ਪੰਜਾਬ ਤੋਂ ਬਾਹਰ ਹੈ। ਪਹਿਲਾ ਤਖ਼ਤ ਹੋ ਗਿਆ ਆਪਣੇ ਪਟਨਾ ਸਾਹਿਬ ਬਿਹਾਰ, ਔਰ ਦੂਸਰਾ ਜਿੱਥੇ ਆਪਾਂ ਅੱਜ ਸਥਿਤ ਹਾਂ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ, ਜਿੱਥੇ ਆਪਾਂ ਖੜ੍ਹੇ ਹਾਂ। ਇਸ ਜਗ੍ਹਾ ਦੀ ਕੰਸਟਰਕਸ਼ਨ ਮਹਾਰਾਜਾ ਰਣਜੀਤ ਸਿੰਘ ਨੇ 1832 ਤੋਂ ਲੈ ਕੇ 1837 ਤੱਕ ਕਰਵਾਈ ਸੀ। ਉਸ ਟਾਈਮ ਇਸ ਜਗ੍ਹਾ 'ਤੇ ਗੁਰਦੁਆਰਾ ਸਾਹਿਬ ਸਥਿਤ ਹੋਇਆ ਸੀ, ਜਿਸ ਨੂੰ ਕਿ ਮਹਾਰਾਜਾ ਰਣਜੀਤ ਸਿੰਘ ਨੇ ਪੂਰੀ ਕੀਤੀ ਸੀ ਇਸ ਜਗ੍ਹਾ ਦੀ ਕੰਸਟਰਕਸ਼ਨ। ਹੁਣ ਤੁਹਾਨੂੰ ਦੱਸਦੇ ਹਾਂ, ਜਦੋਂ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਤੋਂ ਸਾਊਥ ਵੱਲ ਜਾ ਰਹੇ ਸਨ, ਤਾਂ ਉਹ ਇਸ ਜਗ੍ਹਾ 'ਤੇ ਆ ਕੇ ਉਹਨਾਂ ਨੇ ਠਹਿਰਾਓ ਕੀਤਾ। ਇਸ ਜਗ੍ਹਾ 'ਤੇ ਗੁਰੂ ਗੋਬਿੰਦ ਸਿੰਘ ਜੀ 9 ਮਹੀਨੇ 28 ਦਿਨ ਰਹੇ ਸਨ, ਔਰ ਜਦੋਂ ਕੁਛ ਸਮਾਂ ਹੋ ਗਿਆ ਤਾਂ ਜੋ ਨਾਲ ਸਿੱਖ ਸੰਗਤਾਂ ਜੋ ਆਈਆਂ ਸਨ ਪੰਜਾਬ ਤੋਂ, ਜੋ ਉਹਨਾਂ ਦੇ ਨਾਲ ਫੌਜਾਂ ਆਈਆਂ ਸਨ, ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ, ਵਾਹਿਗੁਰੂ ਜੀ ਸਾਨੂੰ ਹੁਣ ਵਾਪਸ ਪੰਜਾਬ ਜਾਣ ਦਾ ਸਾਨੂੰ ਬਲ ਬਖਸ਼ੋ, ਵੀ ਸਾਡਾ ਪਰਿਵਾਰ ਹੈ ਜੋ ਪੰਜਾਬ ਦੇ ਵਿੱਚ ਹੈ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਤੁਸੀਂ ਜਾ ਸਕਦੇ ਹੋ, ਪਰ ਸੰਗਤ ਨੇ ਕਿਹਾ, ਵਾਹਿਗੁਰੂ ਜੀ ਸਾਡੇ ਕੋਲ ਖਜ਼ਾਨਾ ਨਹੀਂ ਹੈ, ਸਾਡੇ ਕੋਲ ਮਾਇਆ ਨਹੀਂ ਹੈ, ਸਾਨੂੰ ਮਾਇਆ ਦਿਓ ਤਾਂ ਕਿ ਅਸੀਂ ਪੰਜਾਬ ਵਾਪਸ ਜਾ ਸਕੀਏ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਜਾਓ ਤੁਸੀਂ ਆਪਣੇ ਮਾਲ ਟੇਕੜੀ ਸਾਹਿਬ, ਜੋ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਹੈ, ਜਿੱਥੇ ਖਜ਼ਾਨਾ ਪਿਆ ਹੈ ਉੱਥੋਂ ਤੁਹਾਨੂੰ ਖਜ਼ਾਨਾ ਅਸੀਂ ਦੇਵਾਂਗੇ। ਔਰ ਉਸੇ ਟਾਈਮ ਗੁਰੂ ਗੋਬਿੰਦ ਸਿੰਘ ਜੀ ਸੰਗਤ ਨੂੰ ਲੈ ਕੇ, ਖਜ਼ਾਨਾ ਲੈ ਕੇ ਸੰਗਤ ਸਾਹਿਬ ਚਲੇ ਗਏ ਗੁਰਦੁਆਰਾ ਸਾਹਿਬ। ਉੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਭਰ ਭਰ ਕੇ ਖਜ਼ਾਨੇ ਦਿੱਤੇ, ਜੋ ਕਿ ਪੰਜਾਬ ਵਾਪਸ ਜਾਣਾ ਸ਼ੁਰੂ ਹੋ ਗਏ। ਪਰ ਅਸਲ ਦੇ ਵਿੱਚ 60 ਸਿੱਖ ਜੋ ਨਹੀਂ ਗਏ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਪੁੱਛਿਆ, ਤੁਸੀਂ ਸਿੰਘੋ ਕਿਉਂ ਨਹੀਂ ਜਾਣਾ ਚਾਹੁੰਦੇ? ਉਹ ਕਹਿੰਦੇ, ਨਹੀਂ ਗੁਰੂ ਗੋਬਿੰਦ ਸਿੰਘ ਜੀ, ਅਸੀਂ ਤੁਹਾਡੇ ਸਿੱਖ ਹਾਂ, ਅਸੀਂ ਤੁਹਾਡੇ ਨਾਲ ਹੀ ਰਵਾਂਗੇ, ਇੱਥੇ ਹੀ ਰਹਾਂਗੇ। ਉਸ ਟਾਈਮ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਵੀ ਮੈਂ ਜਿੱਥੇ ਵੀ ਤੁਸੀਂ ਹੋਵੋਗੇ, ਤੁਸੀਂ ਅਰਦਾਸ ਕਰੋਗੇ, ਮੈਂ ਤੁਹਾਡੇ ਨਾਲ ਹਾਜ਼ਰ ਨਾਜ਼ਰ ਰਹੂੰਗਾ ਜਦੋਂ ਵੀ ਤੁਸੀਂ ਅਰਦਾਸ ਕਰੋਗੇ। ਇਸੇ ਕਰਕੇ ਇਸ ਜਗ੍ਹਾ 'ਤੇ 3 ਪਹਿਰ ਦੇ ਵਿੱਚੋਂ 1 ਪਹਿਰ ਹਜ਼ੂਰ ਸਾਹਿਬ ਸੱਚਖੰਡ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਾਜ਼ਰ ਨਾਜ਼ਰ ਰਹਿੰਦੇ ਨੇ। ਇਸੇ ਕਰਕੇ ਇਸ ਜਗ੍ਹਾ ਦਾ ਨਾਂ ਹਜ਼ੂਰ ਸਾਹਿਬ ਪਿਆ ਹੈ। ਔਰ ਜਿੱਥੇ ਆਪਾਂ ਗੁਰਦੁਆਰਾ ਸਾਹਿਬ ਤੁਹਾਨੂੰ ਦਰਸ਼ਨ ਕਰਾਵਾਂਗੇ, ਉਸ ਦੇ ਅੰਦਰ ਇੱਕ ਕਮਰਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਸੰਸਕਾਰ ਹੋਇਆ ਸੀ। ਉਸ ਜਗ੍ਹਾ ਨੂੰ ਸ਼੍ਰੀ ਅੰਗੀਠਾ ਸਾਹਿਬ ਕਿਹਾ ਜਾਂਦਾ ਹੈ, ਉਸ ਕਮਰੇ ਦਾ ਨਾਂ ਅੰਗੀਠਾ ਸਾਹਿਬ ਹੈ। ਫਿਰ ਉਸੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ 1708 ਦੇ ਵਿੱਚ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਉਹਨਾਂ ਨੇ ਕਿਹਾ, ਅੱਜ ਤੋਂ ਬਾਅਦ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ। ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਚੰਦਨ ਦਾ ਤਿਲਕ ਲਾਇਆ, ਨਾਰੀਅਲ ਭੇਂਟ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕੀਤੀ, ਔਰ ਉਸ ਸਮੇਂ ਹੁਕਮਨਾਮਾ ਲਿਆ, ਸੰਦ ਸੂਹੀ ਮਹੱਲਾ 5, ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ, ਜਪਤ ਸੁਖ ਪਾਇਆ ਰਾਮ। ਸੋ ਇਸ ਕਰਕੇ ਉਦੋਂ ਤੋਂ
ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ ਅਨੁਸਾਰ ਸਾਰਾ ਸਿੱਖਿਜ਼ਮ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਮਸਕਾਰ ਕਰਦਾ ਹੈ। ਔਰ ਇਹ ਹੈ ਹਜ਼ੂਰ ਸਾਹਿਬ ਦੀ ਇੱਥੋਂ ਦੀ ਹਿਸਟਰੀ। ਅਗਰ ਕੁਛ ਵੀ ਗਲਤ ਬੋਲਿਆ ਗਿਆ ਹੋਵੇ ਜਾਂ ਕੁਛ ਗਲਤ ਕਿਹਾ ਗਿਆ ਹੋਵੇ ਤਾਂ ਉਸ ਲਈ ਮਾਫੀ ਚਾਹੁੰਦੇ ਹਾਂ, ਕਿਉਂਕਿ ਸਾਰਾ ਕੁਛ ਜੋ ਸਿੱਖ ਆਪਣੀ ਹਿਸਟਰੀ ਹੈ ਜਾਂ ਗੂਗਲ 'ਤੇ ਜੋ ਵੀ ਹੈ ਉਸ ਤੋਂ ਹੀ ਅਸੀਂ ਪੜ੍ਹ ਕੇ ਆਪਾਂ ਤੁਹਾਨੂੰ ਦੱਸੀ ਹੈ। ਉਮੀਦ ਕਰਦਾ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆਈ ਹੋਵੇਗੀ। ਹੁਣ ਆਪਾਂ ਅੱਗੇ ਚੱਲਦੇ ਹਾਂ। ਜਦੋਂ ਸਵੇਰੇ ਸਭ ਤੋਂ ਪਹਿਲਾਂ ਸੱਚਖੰਡ ਹਜ਼ੂਰ ਸਾਹਿਬ ਜੀ ਦੇ ਇਸ਼ਨਾਨ ਕਰਾਏ ਜਾਂਦੇ ਨੇ, ਔਰ ਇਸ ਜਗ੍ਹਾ ਤੋਂ ਗਾਗਰ ਕੁੰਡ ਤੋਂ ਇਸ ਜਗ੍ਹਾ ਤੋਂ ਜੋ ਪਾਣੀ ਭਰ ਕੇ ਲਿਜਾਇਆ ਜਾਂਦਾ ਹੈ, ਔਰ ਇੱਥੋਂ ਹੀ ਸਵੇਰੇ ਸੰਗਤਾਂ ਜੀ ਜਾਪ ਕਰਦੀਆਂ ਆਉਂਦੀਆਂ ਨੇ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਾਪ ਕਰਦੇ ਹੋਏ ਜਾਂਦੇ ਨੇ। ਰਾਤ ਨੂੰ 2 ਤੋਂ 2:30 ਦੇ ਵਿੱਚ ਉਸਦਾ ਸਮਾਂ ਹੁੰਦਾ ਹੈ। ਇਸ ਜਗ੍ਹਾ ਤੋਂ ਗਾਗਰ ਕੁੰਡ ਤੋਂ ਜਲ ਲੈ ਕੇ ਗੋਦਾਵਰੀ ਰਿਵਰ ਦਾ ਜਲ ਲੈ ਕੇ ਇਸ਼ਨਾਨ ਕਰਾਇਆ ਜਾਂਦਾ ਹੈ। ਸੋ ਆਓ ਹੁਣ ਅੱਗੇ ਚੱਲਦੇ ਹਾਂ। ਤੁਸੀਂ ਸ਼ਾਮ ਨੂੰ ਜਦੋਂ ਵੀ ਆਓ ਹਜ਼ੂਰ ਸਾਹਿਬ ਇਸ ਜਗ੍ਹਾ 'ਤੇ, ਸ਼ਾਮ ਦੇ ਟਾਈਮ ਤੁਸੀਂ ਜ਼ਰੂਰ ਆਉਣਾ। ਇੱਥੇ ਬੈਠ ਕੇ ਅਸੀਂ ਤਾਂ ਜ਼ਰੂਰ ਆਉਂਦੇ ਹਾਂ, ਮੈਂ ਅਤੇ ਬੇਬਾ, ਔਰ ਇੱਥੇ ਬੈਠ ਕੇ ਅਸੀਂ ਸ਼ਾਮ ਨੂੰ ਦੁੱਧ ਪੀ ਕੇ ਜ਼ਰੂਰ ਜਾਂਦੇ ਹਾਂ। ਅਗਰ ਤੁਸੀਂ ਵੀ ਆਓ ਤਾਂ ਇਸ ਜਗ੍ਹਾ 'ਤੇ ਜ਼ਰੂਰ ਆਉਣਾ। ਇੱਦਾਂ ਪੌੜੀਆਂ ਬਣੀਆਂ ਹੋਈਆਂ ਨੇ, ਪੌੜੀਆਂ ਹੈਗੀਆਂ ਨੀਅਰ ਅਬਾਊਟ 100 ਤੋਂ ਉੱਪਰ ਪੌੜੀ ਹੈ, ਔਰ ਤੁਸੀਂ ਇਸ ਜਗ੍ਹਾ 'ਤੇ ਆ ਕੇ ਸ਼ਾਮ ਨੂੰ ਬਹੁਤ ਸੋਹਣੀ ਸੋਹਣੀ ਠੰਡੀ ਠੰਡੀ ਹਵਾ ਚੱਲਦੀ ਹੁੰਦੀ ਹੈ, ਤੁਸੀਂ ਆ ਸਕਦੇ ਹੋ। ਸੋ ਆਓ ਹੁਣ ਅੱਗੇ ਚੱਲਦੇ ਹਾਂ। ਅੱਗੇ ਆਏ ਇਸ ਤਰ੍ਹਾਂ, ਅੱਗੇ ਜਾ ਕੇ ਇੱਥੋਂ ਤੁਸੀਂ ਆਟੋ ਲੈ ਕੇ ਵੀ ਜਾ ਸਕਦੇ ਹੋ ਜੇ ਤੁਸੀਂ ਸੱਚਖੰਡ ਸਾਹਿਬ ਜਾਣਾ ਹੈ। ਇੱਥੋਂ ਦੂਰੀ ਨੀਅਰ ਅਬਾਊਟ 1.5 ਤੋਂ 2 ਕਿਲੋਮੀਟਰ ਹੈ ਸੱਚਖੰਡ ਸਾਹਿਬ ਦੀ ਇਸ ਜਗ੍ਹਾ 'ਤੇ। ਇਸ ਜਗ੍ਹਾ ਤੋਂ ਤੁਹਾਨੂੰ ਆਪਣੇ ਬਿਲਕੁਲ ਸਟ੍ਰੇਟ ਇੱਥੋਂ ਤੁਸੀਂ 1.5 ਤੋਂ 2 ਕਿਲੋਮੀਟਰ ਸੱਚਖੰਡ ਦੀ ਦੂਰੀ ਹੈ, ਔਰ ਇਸ ਜਗ੍ਹਾ ਤੋਂ ਹੀ ਤੁਹਾਨੂੰ ਟੈਕਸੀ ਵੀ ਮਿਲ ਜਾਏਗੀ। ਅਗਰ ਤੁਸੀਂ ਲੋਕਲ ਗੁਰਦੁਆਰਾ ਸਾਹਿਬ ਜਾਣੇ ਆ ਆਪਣੇ, ਜਾਂ ਨਾਨਕ ਚੀਰਾ ਜਾਣਾ ਹੈ ਬਿਦਰ, ਜਾਂ ਤੁਸੀਂ ਨਰਸੀ ਨਾਮਦੇਵ ਜਾਣਾ ਹੈ, ਇਸ ਜਗ੍ਹਾ ਤੋਂ ਤੁਹਾਨੂੰ ਮਿਲ ਸਕਦੀ ਹੈ। ਔਰ ਅਗਰ ਤੁਸੀਂ ਪਰੌਂਠੇ ਖਾਣ ਦੇ ਸ਼ੌਕੀਨ ਹੋ ਇਸ ਜਗ੍ਹਾ ਤੋਂ ਪਰੌਂਠੇ ਖਾ ਸਕਦੇ ਹੋ। ਬਿੱਲਾ ਦੁੱਧ ਵਾਲਾ ਇਹ ਬਹੁਤ ਪੁਰਾਣਾ, ਇੱਥੇ ਤੁਹਾਨੂੰ ਦੁੱਧ, ਚਾਹ ਸਭ ਕੁਝ ਮਿਲ ਜਾਏਗਾ। ਬਿੱਲਾ ਦੁੱਧ ਵਾਲਾ ਬਹੁਤ ਪੁਰਾਣਾ ਹੈ। ਇੱਧਰ ਬਾਬਾ ਬੁੱਢਾ ਜੀ NRI ਸਰਾਂ, ਇੱਥੇ ਵੀ ਤੁਸੀਂ ਰੂਮ ਬੁੱਕ ਕਰਾ ਸਕਦੇ ਹੋ ਔਨਲਾਈਨ, ਜਿਵੇਂ ਅਸੀਂ ਵੀ ਔਨਲਾਈਨ ਕਮਰੇ ਬੁੱਕ ਕੀਤੇ ਸਨ। ਔਰ ਇਹ ਹੈ ਬਾਬਾ ਨਿਧਾਨ ਸਿੰਘ ਜੀ ਗੁਰਦੁਆਰਾ ਸਾਹਿਬ, ਇੱਥੇ ਲੰਗਰ ਸਾਹਿਬ, ਇਹ ਹੈ ਗੁਰਦੁਆਰਾ ਲੰਗਰ ਸਾਹਿਬ, ਜਿੱਥੇ ਕਿ 24 ਘੰਟੇ ਲੰਗਰ ਚੱਲਦਾ ਰਹਿੰਦਾ ਹੈ। 24 ਘੰਟੇ ਕਿਸੇ ਵੀ ਟਾਈਮ ਆਓਗੇ ਤੁਸੀਂ ਪ੍ਰਸ਼ਾਦਾ ਛਕ ਸਕਦੇ ਹੋ। ਸਾਹਮਣੇ ਦਰਬਾਰ ਸਾਹਿਬ, ਔਰ ਇੱਧਰ ਲੰਗਰ ਦੀ ਵਿਵਸਥਾ ਜਿੱਥੇ ਪ੍ਰਸ਼ਾਦਾ ਸਕਦੀ ਹੈ ਸੰਗਤ, 24 ਘੰਟੇ ਲੰਗਰ ਇੱਥੇ ਚੱਲਦਾ ਰਹਿੰਦਾ ਹੈ। ਔਰ ਇਸੇ ਜਗ੍ਹਾ 'ਤੇ ਬਾਬਾ ਬਲਵਿੰਦਰ ਸਿੰਘ ਜੀ ਨੂੰ ਤੁਸੀਂ ਮਿਲ ਸਕਦੇ ਹੋ ਸਾਹਮਣੇ ਇਸ ਜਗ੍ਹਾ 'ਤੇ। ਇਸ ਜਗ੍ਹਾ 'ਤੇ ਬਾਬਾ ਬਲਵਿੰਦਰ ਸਿੰਘ ਜੀ ਮਿਲਦੇ ਨੇ ਸੰਗਤਾਂ ਨੂੰ, ਜਿਹੜੀਆਂ ਸੰਗਤਾਂ ਨੇ ਜਾਣਾ ਹੁੰਦਾ ਹੈ ਇੱਥੋਂ ਪ੍ਰਸ਼ਾਦਾ ਮਿਲਦਾ ਹੈ ਉਹਨਾਂ ਨੂੰ, ਔਰ ਪ੍ਰਸ਼ਾਦ ਮਿਲਦਾ ਹੈ। ਇਸ ਜਗ੍ਹਾ ਤੋਂ ਆਪਣੇ ਤੁਸੀਂ ਪ੍ਰਸ਼ਾਦ, ਜੋ ਕਿ ਜਿਹਨੇ ਟ੍ਰੇਨ 'ਚ ਸੰਗਤ ਜਾਂਦੀ ਹੈ, ਇਸ ਜਗ੍ਹਾ ਤੋਂ ਪੈਕ ਹੋ ਕੇ ਤੁਹਾਨੂੰ ਪ੍ਰਸ਼ਾਦਾ ਮਿਲ ਜਾਂਦਾ ਹੈ, ਤੁਸੀਂ ਨਾਲ ਲੈ ਕੇ ਜਾ ਸਕਦੇ ਹੋ। ਆਓ ਤੁਹਾਨੂੰ ਹੁਣ ਅੰਦਰ ਲੈ ਕੇ ਚੱਲਦੇ ਹਾਂ ਦਰਬਾਰ ਸਾਹਿਬ ਦੇ, ਗੁਰਦੁਆਰਾ ਲੰਗਰ ਸਾਹਿਬ, ਜੋ ਕਿ ਆਪਣੇ ਹਜ਼ੂਰ ਸਾਹਿਬ ਵਿਖੇ ਸਥਿਤ ਹੈ।
ਲਾਸਟ ਟਾਈਮ ਆਪਾਂ ਆਏ ਸੀ ਇੱਥੇ ਆਪਾਂ ਕਮਰਾ ਲਿਆ ਸੀ ਧੰਨ ਧੰਨ ਬਾਬਾ ਬੁੱਢਾ ਜੀ NRI ਯਾਤਰੀ ਨਿਵਾਸ, ਇੱਥੇ ਆਪਾਂ ਆਪਣੀ ਕਾਰ ਪਾਰਕ ਕੀਤੀ ਸੀ। ਔਰ ਅਗਰ ਤੁਸੀਂ ਵੀ ਆਓ ਤਾਂ ਇਸ ਜਗ੍ਹਾ ਤੇ ਵੀ ਤੁਹਾਨੂੰ ਬੁਕਿੰਗ ਮਿਲ ਸਕਦੀ ਹੈ। ਆਨਲਾਈਨ ਪਹਿਲਾਂ ਬੁੱਕ ਕਰਨਾ ਪੈਂਦਾ ਹੈ ਔਰ ਆਪਣੀ ਤੁਸੀਂ ਕਾਰ ਇੱਥੇ ਪਾਰਕ ਕਰ ਸਕਦੇ ਹੋ। ਦੇਖੋ ਤੁਸੀਂ ਜਿਵੇਂ ਗੱਡੀਆਂ ਖੜੀਆਂ ਹਨ, ਉਹ ਪਿੱਛੇ ਬੈਕ ਸਾਈਡ ਤੇ ਦੇਖ ਰਹੇ ਹੋ, ਉਹ ਵੀ ਇੱਕ ਆਪਣੀ ਠਹਿਰਾ ਦਾ ਹੀ ਯਾਤਰੀ ਨਿਵਾਸ ਹੈ। ਇਸ ਕਰਕੇ ਰਹਿਣ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਜਦੋਂ ਵੀ ਹਜ਼ੂਰ ਸਾਹਿਬ ਆਉਂਦੇ ਹੋ। ਹਰ ਇੱਕ ਸੁੱਖ ਸੁਵਿਧਾ ਤੁਹਾਨੂੰ ਇੱਥੇ ਉਪਲਬਧ ਹੈ, ਜਿਵੇਂ ਤੁਸੀਂ ਕੁਛ ਵੀ ਲੈਣਾ ਚਾਹੋ ਤੁਹਾਨੂੰ ਚੱਪਲਾਂ ਤੱਕ ਇੱਥੋਂ ਮਿਲ ਜਾਣਗੀਆਂ। ਔਰ ਖਾਣ ਪੀਣ ਦਾ ਜਿਵੇਂ ਤੁਹਾਨੂੰ ਆਪਾਂ ਦੱਸਿਆ ਹੈ, ਬੱਚਿਆਂ ਨਾਲ ਅਗਰ ਤੁਹਾਡੇ ਨਾਲ ਨੇ ਤਾਂ ਤੁਹਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ। ਔਰ ਸਭ ਤੋਂ ਵੱਡੀ ਗੱਲ, ਇੱਥੇ ਸੰਤ ਬਾਬਾ ਨਿਧਾਨ ਸਿੰਘ ਜੀ ਮੈਮੋਰੀਅਲ ਹਸਪਤਾਲ ਵੀ ਹੈ, ਤੁਸੀਂ ਐਮਰਜੈਂਸੀ ਕੁਛ ਵੀ ਲੈ ਸਕਦੇ ਹੋ ਇੱਥੋਂ, ਜਾਂ ਤੁਹਾਨੂੰ ਕੋਈ ਪ੍ਰੋਬਲਮ ਆ ਜੇ ਤਾਂ ਤੁਹਾਨੂੰ ਇੱਥੇ ਮੈਡੀਕਲ ਸਹਾਇਤਾ ਵੀ ਪੂਰੀ ਮਿਲਦੀ ਹੈ। ਆਪਾਂ ਤੁਹਾਨੂੰ ਤੁਰ ਕੇ ਹੀ ਉੱਥੇ ਤੱਕ ਚੱਲਾਂਗੇ ਆਪਾਂ ਸੱਚਖੰਡ ਤੱਕ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਆਪਾਂ ਕਿੱਥੋਂ ਕਿੱਥੋਂ ਜਾ ਰਹੇ ਹੋ। ਇੱਧਰ ਵੀ ਯਾਤਰੀ ਨਿਵਾਸ ਸਥਾਨ ਹੈ ਬਹੁਤ ਵੱਡਾ, ਸੰਤ ਬਾਬਾ ਗੁਰਮਤਿ ਸਿੰਘ ਜੀ ਪ੍ਰਵੇਸ਼ ਦੁਆਰ, ਇੱਥੇ ਵੀ ਤੁਹਾਨੂੰ ਰਹਿਣ ਦੀ ਵਿਵਸਥਾ ਹੈ ਔਰ ਛਬੀਲ ਵੀ 24 ਘੰਟੇ ਚੱਲਦੀ ਰਹਿੰਦੀ ਹੈ। ਇੱਥੋਂ ਤੁਸੀਂ, ਮੈਂ ਇੱਕ ਵਾਰ ਫਿਰ ਦੱਸਦਾ, ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਵੀ ਇੱਥੋਂ ਤੁਸੀਂ ਟੈਕਸੀ ਕਰ ਸਕਦੇ ਹੋ ਲੋਕਲ ਗੁਰਦੁਆਰਾ ਸਾਹਿਬ ਜਾਂ ਨਾਨਕ ਝੀਰਾ ਲਈ ਜਾਂ ਨਰਸੀ ਨਾਮਦੇਵ ਲਈ। ਇੱਥੋਂ ਤੁਸੀਂ ਸ਼ੇਅਰ ਬੇਸਿਸ ਤੇ ਵੀ ਕਰ ਸਕਦੇ ਹੋ ਔਰ ਪ੍ਰਾਈਵੇਟ ਟੈਕਸੀ ਵੀ ਬੁੱਕ ਕਰ ਸਕਦੇ ਹੋ ਜੋ ਕਿ ਈਜ਼ੀਲੀ ਮਿਲ ਜਾਂਦੀ ਹੈ। ਜਿਵੇਂ ਅਸੀਂ ਗੁਰਮੀਤ ਸਿੰਘ ਨਾਲ ਜਾਂਦੇ ਹਾਂ, ਉਹਨਾਂ ਦਾ ਨੰਬਰ ਮੈਂ ਡਿਸਕ੍ਰਿਪਸ਼ਨ 'ਚ ਪਾਊਂਗਾ, ਅਗਰ ਤੁਸੀਂ ਆਓ ਤਾਂ ਗੁਰਮੀਤ ਸਿੰਘ ਤੁਹਾਨੂੰ ਵਾਜਬ ਰੇਟਾਂ 'ਤੇ ਦਰਸ਼ਨ ਕਰਾ ਸਕਦੇ ਹਨ ਔਰ ਤੁਹਾਨੂੰ ਕਿਸੇ ਵੀ ਚੀਜ਼ ਦੀ ਸਮੱਸਿਆ ਨਹੀਂ ਆਉਣ ਦੇਣਗੇ। ਆਪਾਂ ਉਸ ਜਗ੍ਹਾ ਤੋਂ ਆਏ ਹਾਂ ਪਿੱਛੇ ਜਿੱਥੇ ਉਹ ਬਲੂ ਕਲਰ ਦਾ ਬੋਰਡ ਦਿਖ ਰਿਹਾ, ਉੱਥੋਂ ਗੋਦਾਵਰੀ ਰਿਵਰ ਹੈ, ਉਸ ਤੋਂ ਅੱਗੇ ਜਾ ਕੇ ਉੱਥੋਂ ਆਪਾਂ ਪੈਦਲ ਆਏ ਇਸ ਜਗ੍ਹਾ 'ਤੇ। ਹੁਣ ਇੱਥੋਂ ਵੀ ਅੱਧਾ ਅੱਧਾ ਕਿਲੋਮੀਟਰ ਆਪਣੀ ਰਹਿ ਜਾਂਦੀ ਹੈ ਦੂਰੀ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੀ। ਇੱਦਾਂ ਪੁਲ ਵੀ ਬਣਿਆ ਹੋਇਆ ਹੈ, ਅਗਰ ਸੰਗਤ ਨੀਚੇ ਕੀ ਹੈ ਚੌਂਕ ਹੈ, ਇਹ ਵਾਲਾ ਚੌਂਕ ਹੈ, ਸੰਗਤ ਉੱਪਰ ਦੀ ਜਾਣ ਲਈ ਸੰਗਤ ਲਈ ਪੁਲ ਬਣਾਇਆ ਗਿਆ ਹੈ। ਔਰ ਅਗਰ ਤੁਸੀਂ ਕਿਸੇ ਵੀ ਜਦੋਂ ਵੀ ਹਜ਼ੂਰ ਸਾਹਿਬ ਆਓ ਤਾਂ ਤੁਸੀਂ ਇਸ ਜਗ੍ਹਾ 'ਤੇ ਕਸ਼ਮੀਰ ਫਰੂਟ ਜੂਸ, ਇਸ ਜਗ੍ਹਾ 'ਤੇ ਜੂਸ ਜ਼ਰੂਰ ਟਰਾਈ ਕਰਨਾ, ਬਿਲਕੁਲ ਫਰੈਸ਼ ਜੂਸ ਮਿਲੇਗਾ। ਔਰ ਸਭ ਦੀ ਸਾਰਿਆਂ ਤੋਂ ਵੱਧ ਫੇਮਸ ਕੀ ਹੈ ਇਹਨਾਂ ਦੀ, ਕਾਜੂ ਮਸਤਾਨੀ, ਕਾਜੂ ਮਸਤਾਨੀ ਇਹਨਾਂ ਦੀ ਜੋ ਫੇਵਰੇਟ ਹੈ, ਡਰਾਈ ਫਰੂਟ ਮਸਤਾਨੀ, ਤੁਸੀਂ ਆ ਕੇ ਜ਼ਰੂਰ ਟਰਾਈ ਕਰਨਾ ਜਦੋਂ ਵੀ ਹਜ਼ੂਰ ਸਾਹਿਬ ਆਉਂਦੇ ਹੋ। ਉਹਨਾਂ ਦੇ ਛੋਟੇ ਬ੍ਰਦਰ ਨੇ ਇਹ, ਵੱਡੇ ਬ੍ਰਦਰ ਦੀ ਡਿਊਟੀ ਸ਼ਾਮ ਨੂੰ ਹੁੰਦੀ ਆ, ਸਮਾਂ ਰਾਤ ਦੇ 2 ਵਜੇ ਤੱਕ। ਜਦੋਂ ਵੀ ਆਓ ਤੁਹਾਨੂੰ ਹਮੇਸ਼ਾ ਫਰੈਸ਼ ਜੂਸ ਮਿਲੂਗਾ, ਕੁਆਲਿਟੀ ਏ ਕਲਾਸ, ਕਿਉਂਕਿ ਅਸੀਂ ਜਦੋਂ ਵੀ ਆਉਂਦੇ ਹਾਂ ਇੱਥੇ ਇਹਨਾਂ ਦਾ ਅੰਜੀਰ ਸ਼ੇਕ ਔਰ ਜੋ ਆਪਣੀ ਫਰੂਟ ਮਸਤਾਨੀ ਟਰਾਈ ਕਰਦੇ ਹਾਂ। ਤੁਸੀਂ ਵੀ ਆਓ, ਬਿਲਕੁਲ ਜੋ ਪੁਲ ਹੈ ਪੁਲ ਦੇ ਨੀਚੇ ਬਣਿਆ ਹੋਇਆ ਹੈ, ਮੈਂ ਤੁਹਾਨੂੰ ਦੁਬਾਰਾ ਦਿਖਾ ਦਾਂ, ਇਹ ਚੌਂਕ ਆ ਗਿਆ, ਚੌਂਕ ਦੇ ਨਾਲ ਕਸ਼ਮੀਰ ਫਰੂਟ ਜੂਸ, ਇਹ ਇਹਨਾਂ ਦੇ ਛੋਟੇ ਬ੍ਰਦਰ ਨੇ, ਵੱਡੇ ਬ੍ਰਦਰ ਸ਼ਾਮ ਨੂੰ ਹੁੰਦੇ ਨੇ, ਸੋ ਜਦੋਂ ਵੀ ਆਓ ਜੂਸ ਜ਼ਰੂਰ ਟਰਾਈ ਕਰਿਓ। ਕਿਉਂਕਿ ਜਦੋਂ ਅਸੀਂ ਪਿਛਲੀ ਵਾਰ ਆਏ ਸੀ, ਮੈਂ ਔਰ ਜਸਪ੍ਰੀਤ ਔਰ ਡੈਡੀ ਆਏ ਸੀ, ਤਾਂ ਅਸੀਂ ਇੱਥੇ ਜੂਸ ਅਕਸਰ ਪੀਆ ਕਰਦੇ ਸਨ ਔਰ ਜੂਸ ਬਹੁਤ ਸਵਾਦ ਆਉਂਦਾ, ਜੂਸ ਬਹੁਤ ਸਵਾਦ ਹੁੰਦਾ, ਤੁਸੀਂ ਜਦੋਂ ਵੀ ਆਓ ਜ਼ਰੂਰ ਜੂਸ ਪੀਣਾ। ਇਹ ਚੌਂਕ ਹੈ ਔਰ ਇਸ ਤਰ੍ਹਾਂ ਉੱਪਰ ਬ੍ਰਿਜ ਬਣਾਇਆ ਹੋਇਆ ਤਾਂ ਕਿ ਸੰਗਤ ਉੱਪਰ ਦੀ ਚਲੀ ਜਾ ਸਕੇ, ਪਰ ਜਾਂਦਾ ਕੋਈ ਵੀ ਨਹੀਂ ਹੈ, ਸਾਰੇ ਨੀਚੋਂ ਦੀ ਜਾਂਦੇ ਨੇ। ਉਹ ਸਾਹਮਣੇ ਦੇਖ ਰਿਹਾ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ। ਤਾਵਰੀ ਤੋਂ ਆਟੋ ਕਿੰਨੇ ਚਾਰਜਸ ਲੈਂਦਾ ਉੱਥੇ ਤੱਕ ਸੱਚਖੰਡ ਤੱਕ? 10-10 ਰੁਪਏ। 10 ਰੁਪਏ ਸਵਾਰੀ, ਠੀਕ ਹੈ।
ਇਦਾਂ ਦੇ ਆਟੋ ਨੇ। ਅਗਰ ਤੁਸੀਂ ਗੋਦਾਵਰੀ ਰਿਵਰ ਤੋਂ ਸੱਚਖੰਡ ਤੱਕ ਜਾਣਾ ਤਾਂ 10 ਰੁਪਏ ਦੇ ਵਿੱਚ ਆਟੋ ਦੇ ਵਿੱਚ ਬੈਠ ਕੇ ਤੁਸੀਂ ਆ ਸਕਦੇ ਹੋ। ਇਸ ਟਾਈਮ ਜੋ ਸਮਾਂ ਹੈ ਸਵੇਰ ਦੇ ਵੱਜ ਗਏ ਹਨ 9:30। ਇੱਦਾਂ ਦਾ ਸਮਾਨ ਇੱਥੇ ਤੁਹਾਨੂੰ ਹਰ ਇੱਕ ਚੀਜ਼ ਮਿਲ ਜਾਂਦੀ ਹੈ ਜੋ ਵੀ ਤੁਸੀਂ ਲੈਣਾ ਚਾਹੋ। ਬੱਚਿਆਂ ਲਈ ਕੜੇ ਛੱਲੇ, ਖਾਣ ਪੀਣ ਦਾ ਪ੍ਰਬੰਧ ਸ਼ਾਮ ਨੂੰ ਬਿਲਕੁਲ ਹੁੰਦਾ। ਇੱਥੇ ਬਹੁਤ ਰੌਣਕ ਹੁੰਦੀ ਹੈ, ਤੁਹਾਨੂੰ ਸ਼ਾਮ ਦੇ ਵੀ ਦਰਸ਼ਨ ਦੀਦਾਰੇ ਕਰਾਵਾਂਗੇ। ਔਰ ਇਸੇ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਸ਼ਾਮ ਨੂੰ ਜੋ ਸ਼ਸਤਰ ਦਿਖਾਏ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ, ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਇਸੇ ਵੀਡੀਓ ਦੇ ਵਿੱਚ। ਆਟੋ ਹੈ ਤੁਹਾਨੂੰ ਇੱਥੇ ਤੱਕ ਲਿਆਉਂਦਾ ਹੈ। ਆਪਾਂ ਉਸ ਸਾਈਡ ਤੋਂ ਆਏ ਹਾਂ ਜਿੱਥੇ ਉਹ ਬਿਲਡਿੰਗ ਦਿਖ ਰਹੀ ਹੈ, ਉੱਧਰ ਗੋਦਾਵਰੀ ਰਿਵਰ ਹੈ। ਔਰ ਇੱਥੇ ਤੁਹਾਨੂੰ ਆਟੋ ਛੱਡ ਕੇ ਫਿਰ ਤੁਸੀਂ ਇੱਥੇ ਆਪਣੀ ਜੋੜਾ ਘਰ ਦੇ ਵਿੱਚ ਜੋੜਾ ਜਮ੍ਹਾਂ ਕਰਾ ਸਕਦੇ ਹੋ, ਇਸ ਜਗ੍ਹਾ 'ਤੇ ਜੋੜੇ ਜਮ੍ਹਾਂ ਕਰਾ ਸਕਦੇ ਹੋ। ਔਰ ਇਸ ਜਗ੍ਹਾ 'ਤੇ ਅਗਰ ਤੁਹਾਡੇ ਕੋਲ ਕੋਈ ਬੈਗ ਹੈ ਉਹ ਇੱਥੇ ਜਮ੍ਹਾਂ ਹੋ ਸਕਦਾ ਹੈ। ਔਰ ਦੈਨ ਤੁਸੀਂ ਫਿਰ ਅੱਗੇ ਜਾ ਸਕਦੇ ਹੋ ਗੁਰੂ ਜੀ ਦੇ ਦਰਸ਼ਨ ਕਰਨ ਲਈ। ਇਸ ਸਮੇਂ ਜੋ ਸਮਾਂ ਹੋ ਗਿਆ ਹੈ ਉਹ ਹੋ ਗਿਆ ਸਵੇਰ ਦੇ 9:30। ਸੋ ਸ਼ਾਇਦ ਅਸੀਂ ਅੱਜ ਲੋਕਲ ਗੁਰਦੁਆਰਾ ਜਾਵਾਂਗੇ, ਦੇਖਦੇ ਹਾਂ। ਜਿੱਥੇ ਵੀ ਜਾਵਾਂਗੇ, ਜਿਵੇਂ ਵੀ ਬੱਚੇ ਠੀਕ ਹੋਣਗੇ ਜਾਂ ਬੱਚਿਆਂ ਦਾ ਹੁਕਮ ਹੋਏਗਾ ਉਵੇਂ ਆਪਾਂ ਦੇਖਾਂਗੇ ਅੱਗੇ। ਔਰ ਇਸ ਦਾ ਨੈਕਸਟ ਪਾਰਟ ਜੋ ਵੀਡੀਓ ਦੇ ਵਿੱਚ ਹੀ ਹੋਏਗਾ ਉਹ ਇੱਥੋਂ ਹੀ ਸਟਾਰਟ ਕਰਾਂਗੇ, ਕਿਉਂਕਿ ਸ਼ਾਮ ਨੂੰ ਸ਼ਸਤਰ ਦਿਖਾਏ ਜਾਂਦੇ ਆ। ਸ਼ਾਮ ਨੂੰ ਤੁਹਾਨੂੰ ਦਰਸ਼ਨ ਦੀਦਾਰੇ ਕਰਾਵਾਂਗੇ ਇਸੇ ਜਗ੍ਹਾ 'ਤੇ। ਹੁਣ ਆਪਾਂ ਪਹੁੰਚ ਕੇ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਂਦੇੜ। ਲਓ ਜੀ, ਇੱਦਾਂ ਦਾ ਕੁਛ ਹੈ ਇੱਥੇ। ਤੁਸੀਂ ਸਾਹਮਣੇ ਮਾਰਕੀਟ ਹੈ, ਸ਼ਾਮ ਨੂੰ ਇੱਥੇ ਆਪਣੇ ਜੋ ਆਪਣੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਕੋਲ ਘੋੜਾ ਹੁੰਦਾ ਸੀ ਜਾਂ ਉਸਦੇ ਵਿੱਚੋਂ ਹੀ ਆਪਣੀ ਜੋ ਅਗਲੀ ਉਹਨਾਂ ਦੀ ਪੀੜ੍ਹੀ ਚੱਲੀ ਆਉਂਦੀ ਹੈ ਉਹਦੇ ਵੀ ਇੱਥੇ ਦਰਸ਼ਨ ਕਰਾਏ ਜਾਂਦੇ ਹਨ। ਸੋ ਵੀ ਤੁਹਾਨੂੰ ਸ਼ਾਮ ਨੂੰ ਕਰਾਵਾਂਗੇ। ਸੋ ਇਹ ਸੀ ਇੱਥੇ ਤੱਕ, ਹੁਣ ਇੱਥੇ ਸ਼ਾਮ ਨੂੰ ਇੱਥੇ ਵੀਡੀਓ ਫਿਰ ਕੰਟੀਨਿਊ ਕਰਦੇ ਹਾਂ। ਸਾਤ ਨਾਲ ਵਾਹਿਗੁਰੂ। ਇਹ ਹੈ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੀ ਬੈਕ ਸਾਈਡ, ਔਰ ਇਹ ਹੈ ਗੇਟ ਨੰਬਰ 5 ਜਿਸ ਦੀ ਬੈਕ ਸਾਈਡ 'ਤੇ ਦਾਲ ਛਕਾਈ ਜਾਂਦੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਆਏ ਸੀ ਉਹ ਸਿਰਫ ਦਾਲ ਛਕਿਆ ਕਰਦੇ ਸੀ, ਅਤੇ ਉਸ ਤੋਂ ਹੀ ਗੁਰੂ ਸਾਹਿਬ ਜੀ ਨੇ ਵਰ ਦਿੱਤਾ ਸੀ ਜਿਹੜੀ ਵੀ ਸੰਗਤ ਪੰਗਤ 'ਚ ਬੈਠ ਕੇ ਨਾਮ ਜਪ ਕੇ ਦਾਲ ਛਕੇਗੀ ਉਸਦੇ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ। ਜਿਸ ਦੀ ਭੋਗ ਦੀ ਦਾਲ ਦੀ ਇੱਕ ਦਿਨ ਦੀ ਭੇਟਾ 2100 ਰੁਪਏ ਹੈ। ਸੋ ਇਸ ਕਰਕੇ ਇੱਥੇ ਰੋਜ਼ਾਨਾ 11 ਵਜੇ ਪਹਿਲਾਂ ਜਪ ਕਰਕੇ ਫਿਰ ਦਾਲ ਛਕਾਈ ਜਾਂਦੀ ਹੈ। ਇਸ ਤਰ੍ਹਾਂ ਸੰਗਤ ਬੈਠੀ ਹੈ ਔਰ ਦਾਲ ਛਕ ਰਹੀ ਹੈ।
ਸੋ ਇਹ ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਦੇ, ਜਿੰਨਾ ਹੋ ਸਕੇ ਆਪਾਂ ਦਿਖਾਏ, ਜਿੱਥੇ ਵੀਡੀਓ ਨਹੀਂ ਬਣਾਉਣੀ ਅਲਾਊਡ ਸੀ ਆਪਾਂ ਨਹੀਂ ਬਣਾਈ। ਸੋ ਆਸ ਕਰਦਾ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਏਗੀ। ਹੁਣ ਮੈਂ ਤੁਹਾਨੂੰ ਦੱਸਦਾ ਸਾਡਾ ਰੂਮ ਕਿੱਥੇ ਆ। ਉਹ ਸਾਹਮਣੇ ਸੱਚਖੰਡ ਹੈ, ਸੱਚਖੰਡ ਦੇ ਇਸ ਜਗ੍ਹਾ ਤੇ ਫਸਟ ਫਲੋਰ ਤੇ, ਇਹ ਗਰਾਊਂਡ ਫਲੋਰ ਹੈ, ਫਸਟ ਫਲੋਰ ਦੇ ਉੱਪਰ ਸਾਡੇ ਰੂਮ ਨੇ ਔਰ ਇੱਥੇ ਅਸੀਂ ਠਹਿਰੇ ਔਰ ਇੱਥੇ ਸਾਨੂੰ ਇੱਕ ਰਾਤ ਦਾ ਕਿਰਾਇਆ 800 ਰੁਪਈਆ ਅਸੀਂ ਦਿੱਤਾ ਔਰ ਇਹ ਸਾਡੀ ਯਾਤਰਾ ਬਹੁਤ ਵਧੀਆ ਰਹੀ। ਕੱਲ੍ਹ ਨੂੰ ਸਾਡੀ ਵਾਪਸੀ ਹੈ, ਕੱਲ੍ਹ ਸਵੇਰੇ ਆਪਾਂ ਜਾਣਾ ਹੈ ਬਾਏ 에ਅਰ ਹੀ ਨਾਂਦੇੜ ਤੋਂ, ਆਪਣੀ ਫਲਾਈਟ ਜਾਏਗੀ ਹਿੰਡਨ, ਹਿੰਡਨ ਤੋਂ ਆਦਮਪੁਰ ਜਲੰਧਰ ਪੰਜਾਬ। ਸੋ ਬਣੇ ਰਹੋ ਅਗਲੀ ਵੀਡੀਓ ਨਾਲ ਵੀ, ਕੱਲ੍ਹ ਵੀ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ। ਸੋ ਅਗਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਤੁਹਾਡਾ ਇਹ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕਸ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।